सबसक्राइब करो निडर आवाज टीवी नू ते ताजा वीडियोस पाउन ले बैल दा बटन दबाओ। सरहदी कस्बा खेमकरन दे नेड़ले पिंड मैदीपुर विच पंजाब सिंह पुत्र ज्ञान सिंह कौम मजहबी सिख अंतां दी गरीबी नाल जूझ रहा है अते समाज सेवी वीरां नूं मदद लई गुहार लगा रहा है। पीड़ित पंजाब सिंह ने पत्रकारां नाल गलबात करदिआं दस्सिआ कि उह जन्म तों ही अपंग है अते थोड़ा बहुत दर्जी दा काम अपने भरा दी दुकान किराए ते लै के करदा सी, परंतु जदों लॉकडाउन हो गया तां उह दुकान दा किराया नहीं दे सकिआ, जिस कारण भरा ने भी दुकान विच्चों कढ दित्ता। पंजाब सिंह ने दस्या कि पंजाब सरकार वालों ना तो उसनू आटा दाल स्कीम मिली है अते ना ही लॉकडाउन विच फ्री वाली कणक दिती गई। उसने कहा कि वह अंतां दी गरीबी कारण अपने छोटे जिहे कमरे विच अपनी पत्नी अते डेढ़ साल दे बच्चे नाल दिन कट रहा है। पंजाब सिंह ने समाज सेवी अते धार्मिक संस्थावां नू मदद की अपील की है। ਕੀ ਕੰਮ ਕਰਦੇ ਜੋ ਦਰਜੀ ਦਾ ਭਾਜੀ ਕੰਮ ਕਰਦਾ ਪੰਜ ਤੋਂ ਸੱਠ ਫੁੱਟ ਵੱਧੋ ਵੱਧ ਦਸ ਫੁੱਟ ਕਮਰਾ ਹੋ ਕੇ ਕਿਸ ਤਰ੍ਹਾਂ ਇਹਦੇ ਵਿੱਚ ਗੁਜ਼ਾਰਾ ਕਰਦੇ ਜੋ ਤਰ੍ਹਾਂ ਭਾਜੀ ਮਾਰੀ ਨਾ ਕਰਨਾ ਪੈਗਾ ਕਿੰਨੇ ਜੀ ਜੋ ਤਿੰਨ ਜੀ ਭਾਜੀ ਕੰਮ ਕੀ ਕਰਦੇ ਤੁਸੀਂ ਭਾਜੀ ਦਰਜੀ ਦਾ ਕੰਮ ਕਰਦੇ ਕਿਸ ਤਰ੍ਹਾਂ ਚੱਲਦਾ ਦਰਜੀ ਦਾ ਕੰਮ ਦਰਜੀ ਦਾ ਕੰਮ ਵੀ ਹੁਣ ਠੱਪ ਹੋ ਗਿਆ ਲਾਕਡਾਊਨ ਕਰਕੇ ਮੈਂ ਕਿਰਾਏ ਤੇ ਦੁਕਾਨ ਸੀ ਕਿਰਾਇਆ ਨਹੀਂ ਦਿੱਤਾ ਗਿਆ ਤੇ ਹੁਣ ਦੁਕਾਨ ਵੀ ਉਹਨਾਂ ਛਡਾ ਲਈ ਤੇ ਹੁਣ ਇਸ ਤਰ੍ਹਾਂ ਘਰੇ ਹੀ ਹਾਂ ਮੈਂ ਆਪਦੇ ਕੰਮ ਕਰਦਾ ਭਰਾ ਦੇ ਘਰੇ ਮਸ਼ੀਨ ਰੱਖੀ ਅੰਦਰ ਕੋਈ ਆ ਜਿਹੜੇ ਸੀ ਲਈ ਜਾ ਰਹੇ ਇਸ ਤਰ੍ਹਾਂ ਗੁਜ਼ਾਰਾ ਕਰੀ ਜਾਂਦੇ ਭਰਾ ਦੇ ਘਰੇ ਰਹਿ ਰਹੇ ਰੋਟੀ ਪਾਣੀ ਵੀ ਉੱਧਰੋਂ ਚੱਲਦਾ ਜੀ ਉੱਧਰੋਂ ਚੱਲਦਾ ਭਾਈ ਕੋਈ ਸਰਪੰਚ ਨੇ ਜਾਂ ਪਿੰਡ ਦੇ ਕਿਸੇ ਪੰਚ ਨੇ ਕੋਈ ਸਾਰ ਨਹੀਂ ਲਈ ਤੁਹਾਡੀ ਕੋਈ ਇੰਨੇ ਨਹੀਂ ਭਾਈ ਆਣ ਕੇ ਪੁੱਛਿਆ ਮਾਰ ਵਿਖਾਉਂਦਾ ਰਿਹਾ ਆਣ ਕੇ ਮੇਰਾ ਆ ਵੇਖੋ ਇਸ ਤਰ੍ਹਾਂ ਮੈਂ ਰਹਿ ਰਿਹਾ ਜੋ ਕਿਸੇ ਨੇ ਆਣ ਕੇ ਆਖਿਆ ਨਹੀਂ ਬੇਚਾਰੇ ਸਹੂਲਤ ਦੇ ਨਾ ਗਏ ਕਿਸੇ ਰਕਮ ਦੇ ਵੀ ਨਹੀਂ ਨਾ ਹੋਵੇ ਸਰਕਾਰੀ ਕੰਮ ਕਰਨਾ ਘਾਟਾ ਨਾ ਹੁੰਦਾ ਚੱਲਿਆ ਤੁਹਾਡਾ ਭਾਈ ਇਹ ਕਲਪੂ ਦੇ ਵਿੱਚ ਇੱਦਾਂ ਇੱਕੋ ਵਾਰੀ ਰਾਸ਼ਨ ਆਪਾਂ ਮਿਲਿਆ ਸੀ ਅਤੇ ਬਾਅਦ 'ਚ ਇੱਦਾਂ ਮੈਂ ਆਪਦੇ ਭਰਾ ਦੇ ਨਾਲ ਹੀ ਰਹਿ ਰਿਹਾ ਉਹ ਕਹਿੰਦਾ ਚੱਲ ਜਦੋਂ ਤੇਰਾ ਕਾਰੋਬਾਰ ਚੱਲੂਗਾ ਅਤੇ ਉਦੋਂ ਚੱਲ ਆਪਦਾ ਤੂੰ ਵੱਖਰਾ ਆ ਜੀ ਉੱਦਾਂ ਮੇਰੇ ਨਾਲ ਰੋਟੀ ਖਾਈ ਆ ਉੱਧਰੋਂ ਹਾਲ ਦੀ ਘੜੀ ਮੈਂ ਉੱਧਰ ਰੋਟੀ ਖਾਣ ਲਿਆ ਭਾਈ ਅਤੇ ਸਰਕਾਰੀ ਸਕੀਮਾਂ ਤੁਹਾਨੂੰ ਕੀ ਜਿਹੜੀਆਂ ਉਹ ਮਿਲੀਆਂ ਸਰਕਾਰੀ ਭਾਜੀ ਆਪਾਂ ਨੂੰ ਕੋਈ ਨਹੀਂ ਸਕੀਮ ਮਿਲੀ ਨਾ ਕੋਈ ਫਲੈਸ਼ ਵਗੈਰਾ ਨਾ ਕੋਈ ਕਮਰਾ ਵਗੈਰਾ ਕੁਛ ਨਹੀਂ ਆਪਾਂ ਨੂੰ ਸਰਕਾਰੀ ਦੀ ਚੀਜ਼ ਮਿਲੀ ਕਿਸ ਤਰ੍ਹਾਂ ਦੀ ਜਿਹੜੀ ਉਹ ਮੰਗ ਕਰਦੇ ਜੀ ਮੰਗ ਭਾਜੀ ਉਹ ਕਰਦਾ ਕਿ ਮੇਰਾ ਇੱਕ ਕਮਰਾ ਪੈ ਜੇ ਇੱਕ ਦੁਕਾਨ ਪੈ ਜੇ ਅਤੇ ਹੁਣ ਬੇਟਾ ਮੇਰਾ ਢਿੱਲਾ ਮੱਠਾ ਰਹਿੰਦਾ ਉਹਦਾ ਇੱਦਾਂ ਮੈਂ ਦਾਰੇ ਝੋਨਾ ਝਾਨਾ ਲਾ ਕੇ ਉਹਨੂੰ ਬਚਾਇਆ ਹੈ ਅਤੇ ਅਜੇ ਮੈਂ ਠੀਕ ਹੈਗਾ ਅਜੇ ਮੈਂ ਦਵਾਈ ਚਾਲ ਕਿੰਨੇ ਸਾਲ ਦਾ ਬੇਟਾ ਤੁਹਾਡਾ ਬੇਟਾ ਹੈਗਾ ਇੱਕ ਸਾਲ ਅਤੇ 7-8 ਮਹੀਨੇ ਦਾ ਸਮਾਜ ਤੇ ਮੈਂ ਇਹੋ ਕਹਿੰਦਾ ਹੁੰਦੀ ਹੈ ਮੈਂ ਮਾਤੜ ਬੰਦਾ ਮੇਰੀ ਬਾਰੇ ਸੋਚੋ ਜੀ ਜਿਹੜੀ ਗੱਲ ਹੈਗੀ ਆ ਸਰਕਾਰਾਂ ਦੀ ਉਹ ਤਾਂ ਮੁੱਦਾ ਦਾ ਜਿਹੜਾ ਹੈਗਾ ਉਹ ਬਿਲਕੁਲ ਜੀ ਖਤਮ ਸਰਕਾਰ ਨੇ ਗਰੀਬ ਨੂੰ ਕੋਈ ਸਹੂਲਤ ਨਹੀਂ ਦਿੱਤੀ ਬਹੁਤ ਮਾਤੜ ਆ ਸ਼ੁਰੂ ਤੋਂ ਉਹਦਾ ਮਾਂ ਪਿਓ ਮਰਿਆ ਆ ਅਤੇ ਅੱਜ ਕਿਰਤ ਕਰਦਾ ਹੈ ਲੋਕਡਾਊਨ ਦੇ ਵਿੱਚ ਵੀ ਇਹਦਾ ਬਹੁਤ ਮੰਦਾ ਆ ਰਿਹਾ ਦੁਕਾਨ ਕਿਰਾਏ 'ਤੇ ਰਹੀ ਅਤੇ ਥੋੜ੍ਹੇ ਜਿਹੇ ਪੈਸੇ ਮੈਂ ਦਿੱਤੇ ਝੋਨਾ ਝਾਨਾ ਸਾਡੇ ਨਾਲ ਆਉਂਦਾ ਰਿਹਾ ਅਤੇ ਵਿਚਾਰੇ ਨੇ ਜਿਹੜਾ ਬੱਚਾ ਬਿਮਾਰ ਹੋ ਗਿਆ ਅਤੇ ਝੋਨੇ ਦੇ ਪੈਸੇ ਵੀ ਬੱਚੇ 'ਤੇ ਲਾ ਲਏ ਪੱਟੀ ਦਾਖਲ ਰਿਹਾ ਹਸਪਤਾਲ ਦੇ ਵਿੱਚ
ਉਹ ਜੋ ਵੀ ਉਹਨੇ ਕਮਾਇਆ ਸੀ ਉਹ ਵੀ ਮਤਲਬ ਆਪਦਾ ਲਾ ਚੁੱਕਾ ਹੈ ਅਤੇ ਹੁਣ ਵੀ ਜਿਹੜਾ ਇਹਦੇ 'ਤੇ ਤਾਂ ਮਾਂ ਪਿਓ ਵੀ ਜਿਹੜਾ ਨਹੀਂ ਉਹ ਸਿਰ 'ਤੇ ਹੈਗਾ ਜਿਹਨੇ ਵੀ ਮਗਰ ਹੱਥ ਦੇ ਲੈਣਾ ਇਹ ਸਾਡੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੀਰਾਂ ਨੂੰ ਇਹਦਾ ਵੱਧ ਤੋਂ ਵੱਧ ਸਾਥ ਦੇਣ ਅਸੀਂ ਆਪਦੇ ਵੀਰਾਂ ਦਾ ਕਹਿ ਜ਼ਰੂਰ ਸ਼ੁਕਰੀਆ ਅਦਾ ਕਰਾਂਗੇ ਮੇਰੇ ਭਰਾਵਾਂ ਦਾ ਇਹ ਵੀਰ ਦੀ ਮਦਦ ਕੀਤੀ ਜਾਵੇ ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ